ਭੁੱਖ ਲੱਗਦੀ ਮੈਂ ਤੁਸੀਂ ਕਹਿੰਦੇ 100-150 ਗ੍ਰਾਮ ਮੈਂ ਤਾਂ 500 ਗ੍ਰਾਮ ਉਹ ਪੀ ਗਿਆ ਗਾਜਰ ਦਾ ਜੂਸ ਜੀ ਅੱਛਾ ਅੱਛਾ ਪਤਾ ਵੀ ਨਹੀਂ ਲੱਗਾ ਕੋਈ ਉਹ ਨਹੀਂ ਅੱਛਾ ਅੱਛਾ ਵੈਰੀ ਗੁੱਡ ਹੁਣ ਤੁਸੀਂ ਸੋਲਿਡ ਸ਼ੁਰੂ ਕਰ ਸਕਦੇ ਹੋ ਹੁਣ ਤੱਕ ਤੁਸੀਂ ਕੀ ਲੈ ਰਹੇ ਸੀ ਇੱਕ ਹਫ਼ਤਾ ਹੋ ਗਿਆ ਨਾ ਹਾਂਜੀ ਖਿਚੜੀ ਵਗੈਰਾ ਦਾਲ ਕੱਲ ਸਰਿਆਣੀ ਜੀ ਸਾਗ ਨਾਲ ਮੈਂ ਇੱਕ ਰੋਟੀ ਦਾ ਚੌਥਾ ਹਿੱਸਾ ਖਾ ਲਿਆ ਉਹ ਵੀ ਖਾ ਗਏ ਅੱਛਾ ਅੱਛਾ ਵੈਰੀ ਗੁੱਡ ਵੇਟ ਤਾਂ ਕਿੰਨਾ ਸੀ ਤੁਹਾਡਾ 118 ਕਿਲੋ ਹਾਂਜੀ ਇੱਕ ਹਫ਼ਤੇ 'ਚ ਘਟਿਆ 113-800 ਹੈ ਜੀ ਅੱਜ ਅੱਛਾ 4 ਕਿਲੋ ਵੇਟ ਇੱਕ ਹਫ਼ਤੇ 'ਚ ਘਟਿਆ ਘਟ ਗਿਆ ਪਰ ਕੋਈ ਵੋਮਿਟ ਕੋਈ ਨੌਜ਼ੀਆ ਕੋਈ ਨਹੀਂ ਹੈ ਬਿਲਕੁਲ ਖਾ ਵੀ ਰਹੇ ਹਾਂ ਹਾਂ ਬਿਲਕੁਲ ਅੱਧੀ ਰੋਟੀ ਖਾਧੀ ਹੈ ਕੱਲ ਹਾਂਜੀ ਦੈਟਸ ਗੁੱਡ ਹੁਣ ਤੁਸੀਂ ਖਾ ਸਕਦੇ ਹੋ ਕੁਝ ਵੀ ਠੀਕ ਹੈ ਜੀ ਜਿਹੜਾ ਮਿੰਨੀ ਗੈਸਟ੍ਰਿਕ ਬਾਈਪਾਸ ਆ ਇਹਦੇ ਚ ਵਧੀਆ ਗੱਲ ਇਹ ਹੈ ਕਿ ਐਦਾਂ ਨਹੀਂ ਹੈ ਕਿ ਵੀ ਆਪਾਂ ਪੁਣ ਕੇ ਪੀਣਾ ਇੱਕ ਹਫਤੇ ਬਾਅਦ ਯੂ ਆਰ ਅਲਾਊਡ ਓਕੇ ਠੀਕ ਹੈ ਤਾਂ ਅੱਛੀ ਤਰ੍ਹਾਂ ਚਬਾ ਕੇ ਠੀਕ ਹੈ ਜਸਟ ਗੋ ਸਲੋ ਇਹ ਪੁੱਛਣ ਦੀ ਲੋੜ ਨਹੀਂ ਕੋਈ ਡਾਇਟ ਚਾਰਟ ਨਹੀਂ ਕੀ ਖਾਣਾ ਕੀ ਨਹੀਂ ਖਾਣਾ ਠੀਕ ਹੈ ਜੀ ਬਾਕੀ ਇਹ ਹੈ ਕਿ ਤੁਹਾਡਾ ਜਿਹੜਾ ਪੇਟ ਆ ਨਾ ਇਹਦਾ ਸੁਭਾਅ ਬਦਲ ਜਾਣਾ ਠੀਕ ਹੈ ਜਿਹੜਾ ਮੇਨ ਡਿਫਰੈਂਸ ਆਉਂਦਾ ਹੈ MGB ਤੋਂ ਬਾਅਦ ਵੀ ਕੁਝ ਚੀਜ਼ਾਂ ਪਹਿਲਾਂ ਚੰਗੀਆਂ ਲੱਗਦੀਆਂ ਸੀ ਹੁਣ ਨਹੀਂ ਲੱਗਣੀਆਂ ਉਹ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਦੇਖੋਗੇ ਲੈਟਰਿਨ 'ਚ ਨਾ ਤੇਲ ਜਿਹਾ ਤੈਰਦਾ ਨਜ਼ਰ ਆਊਗਾ ਠੀਕ ਹੈ ਬਾਈਪਾਸ ਇਹਨੇ ਫੈਟ ਬਾਹਰ ਕੱਢਣੀ ਹੈ ਬਾਹਰ ਕੱਢਣੀ ਹੈ ਠੀਕ ਜਿੰਨੀ ਜ਼ਿਆਦਾ ਖਾਓਗੇ ਉਨੀ ਜ਼ਿਆਦਾ ਫੈਟ ਬਾਹਰ ਨਿਕਲੇਗੀ ਉਹਦੇ ਨਾਲ ਲੈਟਰਿਨ ਪਤਲੀ ਹੋਊਗੀ ਠੀਕ ਠੀਕ ਹੈ ਸੋ ਇਹ ਚੀਜ਼ਾਂ ਆਪਣੇ ਆਪ ਤੁਹਾਨੂੰ ਸਮਝ ਆ ਜਾਂਦੀਆਂ ਅੱਛਾ ਦੂਜਾ ਹੈਗਾ ਤੁਹਾਡਾ ਇਸ਼ੂ ਸੀ ਮੇਨਲੀ ਜਿਹੜਾ ਸ਼ੂਗਰ ਦਾ ਨਾ ਹਾਂਜੀ ਡਾਇਬੀਟੀਜ਼ ਮਲਾਈਟਸ ਤੁਹਾਡੀ ਸੀਗੀ ਸ਼ੂਗਰ 20 ਇਅਰਸ ਤੋਂ 20 ਸਾਲ ਹਾਂਜੀ ਤਾਂ ਇਨਸੂਲਿਨ ਚੱਲਦੀ ਸੀ ਪਲਸ ਟੈਬਲੇਟਸ ਵੀ ਚੱਲਦੀਆਂ ਸੀ 100 ਯੂਨਿਟ ਇਨਸੂਲਿਨ ਸੀ ਹਾਂਜੀ ਅੱਛਾ ਹੁਣ 10 ਲੈ ਰਹੇ ਹਾਂ ਜੀ ਮੈਂ ਹੁਣ ਕਿੰਨਾ 10 ਲੈ ਰਹੇ ਹਾਂ 190 ਯੂਨਿਟ ਤੇ ਆ ਗਿਆ ਹਾਂਜੀ 190 ਹੈਗੀ ਮਤਲਬ ਆਪਰੇਸ਼ਨ ਤੋਂ ਨੈਕਸਟ ਡੇ ਤੋਂ ਕਿੰਨਾ ਲਗਾ ਰਹੇ ਸੀ ਆਪਾਂ ਜਦੋਂ ਇੱਥੋਂ ਗਏ ਆ ਉਦੋਂ 10 ਤਾਂ ਮੇਨਲੀ ਆਪਣੀ ਕਿਉਂ ਆਪਾਂ ਕਰਦੇ ਆ ਸ਼ੂਗਰ ਦਾ ਆਪਰੇਸ਼ਨ ਮੋਟਾਪੇ ਦਾ ਕਿ ਸ਼ੂਗਰ ਬੈਟਰ ਹੋ ਜਾਏ ਠੀਕ ਹੈ ਜੀ ਸ਼ੂਗਰ ਦਾ ਬੈਟਰ ਅਸੀਂ ਦੇਖਿਆ ਕਿ 99.9% ਪੇਸ਼ੈਂਟ ਦੇ ਬੈਟਰ ਹੋ ਹੀ ਜਾਣੀ ਆ ਠੀਕ ਹੈ ਪਰ ਇਹ ਨਹੀਂ ਸੋਚਣਾ ਕਿ ਹੁਣ ਆਪਰੇਸ਼ਨ ਕਰਾ ਲਿਆ ਬਸ ਹੁਣ ਤਾਂ ਸ਼ੂਗਰ ਖਤਮ ਹੀ ਹੋ ਗਈ ਨਹੀਂ ਨਹੀਂ ਉਹ ਤਾਂ ਰੱਖਣਾ ਜੀ ਵੀ ਬਿਮਾਰੀ ਤਾਂ ਹੈ ਸਿਹਤ ਨਹੀਂ ਮਿਲਦੀ ਇਹ ਤਾਂ ਇੱਕ ਸਾਇੰਸ ਹੈ ਆਪਾਂ ਪ੍ਰੋਪਰਲੀ ਇਹਨੂੰ ਯੂਜ਼ ਕਰ ਲਿਆ ਬਿਲਕੁਲ ਇਹ ਨਾ ਇੰਪਰੂਵਮੈਂਟ ਹੋ ਜਾਂਦੀ ਹੈ ਇੰਪਰੂਵ ਇੱਕ ਤਰ੍ਹਾਂ ਤੁਸੀਂ ਇਹ ਸਮਝ ਲਓ ਸੈਂਸਰ ਚੇਂਜ ਹੋ ਗਏ ਠੀਕ ਹੈ ਜੀ ਜਿਵੇਂ ਆਪਾਂ ਕਾਰ ਦੇ ਸੈਂਸਰ ਚੇਂਜ ਕਰਾ ਲਏ ਬਿਲਕੁਲ ਠੀਕ ਹੈ ਮੇ ਬੀ ਗੁੱਡ ਫਾਰ 10 ਇਅਰਸ ਮੇ ਬੀ ਗੁੱਡ ਫਾਰ 7 ਇਅਰਸ ਹੂ ਨੋਜ਼ ਇਹ ਕਿੰਨੀ ਦੇਰ ਚੱਲਣਗੇ ਬਿਲਕੁਲ ਬਟ ਜਿੰਨੀ ਦੇਰ ਵੀ ਚੱਲਣਗੇ ਵਧੀਆ ਚੱਲਣਗੇ ਠੀਕ ਹੈ ਜੀ ਤੇ ਕੰਟਰੋਲਸ ਆਪਾਂ ਇਹਦੇ ਬੈਟਰ ਕਿੱਦਾਂ ਹੁੰਦੇ ਆ ਠੀਕ ਹੈ ਜੇ ਵੇਟ ਅੱਛਾ ਘਟ ਜੇ ਠੀਕ ਹੈ ਤਾਂ ਬੈਸਟ ਕੰਟਰੋਲ ਆ ਜੇ ਓਕੇ ਉਹਦੇ ਲਈ ਮਿੱਠਾ ਘੱਟ ਹਾਂਜੀ ਤੇ ਕਾਰਬੋਹਾਈਡਰੇਟ ਜਿਹੜੀ ਰੋਟੀਆਂ ਵਗੈਰਾ ਚਾਵਲ ਵਗੈਰਾ ਇਹ ਘੱਟ ਘੱਟ ਸੈਰ ਠੀਕ ਹੈ ਜੀ ਦੂਸਰਾ ਕੰਟਰੋਲ ਆ ਜੇ ਵਜ਼ਨ ਵਧਿਆ ਦੁਬਾਰਾ ਹਾਂਜੀ ਜੇ ਵਜ਼ਨ ਵਧਿਆ ਸ਼ੂਗਰ ਵਾਪਸ ਆ ਸਕਦੀ ਹੈ ਬਿਲਕੁਲ ਠੀਕ ਇਸ ਲਈ ਵਜ਼ਨ ਨਹੀਂ ਵਧਣ ਦੇਣਾ ਉਹਦਾ ਵੀ ਤਰੀਕਾ ਇਹੀ ਹੈ ਥੋੜੀ ਬਹੁਤ ਐਕਸਰਸਾਈਜ਼ ਚੱਲਦੀ ਰਹੇ ਬਿਲਕੁਲ 80% ਕੰਟਰੋਲ ਤਾਂ ਇਹ ਆਪਰੇਸ਼ਨ ਹੀ ਕਰ ਦਿੰਦਾ ਵਜ਼ਨ ਨੂੰ ਠੀਕ ਹੈ ਜੀ ਠੀਕ ਪਲੱਸ ਡਾਇਟ ਵੀ ਅੱਛੀ ਲੈਣੀ ਹੈ ਪ੍ਰੋਟੀਨ ਜ਼ਿਆਦਾ ਲੈਣੇ ਆ ਠੀਕ ਹੈ